ਪਟਾਕਾਰਾਂ ਦੀ ਜੀ ਆ ਲਈ ਸਾਢੇ 17 ਲੱਖ ਰੁਪਇਆ ਜੀ, ਸਾਡਾ ਜੀ 18 ਲੱਖ ਰੁਪਇਆ ਜੀ, 18 ਲੱਖ ਰੁਪਇਆ ਜੀ, 18-10 ਜੀ, 18-10 ਜੀ, 18-10 ਜੀ, 18-10 ਜੀ, 11-12 ਦੀ ਜੀ ਆ ਲਈ ਜੀ, 18-20 ਜੀ, 18-25 ਜੀ, 18-25 ਜੀ, 18.5 ਲੱਖ ਰੁਪਇਆ ਜੀ, 18.5 ਲੱਖ ਰੁਪਇਆ। ਹਾਂਜੀ ਇੱਕ ਹੀ ਗੱਲ ਦੱਸੋ, ਜਿੱਥੇ ਦੇਣੀ ਐਵੇਂ ਰੇਟ ਨਾ ਲਵਾਓ, ਨਹੀਂ ਜਾਇਜ਼ ਪੈਸੇ ਮੰਗੋ ਗੱਡੀ ਦੇ। 11-12 ਦੀ ਜੀ ਆ ਲਈ ਸਾਢੇ ਕੀ ਲੱਖ ਰੁਪਇਆ ਨਹੀਂ ਨਹੀਂ
ਨਹੀਂ 70 ਜੀ 70 ਜੀ 21 70 80 ਜੀ 21 80 ਜੀ 21 80 ਜੀ ਬੋਲੋ ਜੀ 2400 ਪੂਰਾ 21 80 ਜੀ 21 80 11 / 12 ਜੀ ਐਲ ਆਈ 21 80 ਜੀ 21 80 ਜੀ ਬੰਦਲਾ ਬੋਲ ਨਿੱਕੀ ਜਾਨਵਰ ਪਿੱਛੋ 21 80 ਜੀ 21 80 ਜੀ ਬੋਲੋ ਗੋਂਦਲਾ 90 ਬੋਲ ਪੂਰਾ 22 ਲੱਖ ਰੁਪਿਆ ਪੂਰਾ 22 ਹਾਏ 22 ਲੱਖ ਰੁਪਿਆ ਹਾਏ ਪੂਰਾ 22 ਲੱਖ ਰੁਪਿਆ ਗੋਂਦਲਾ 24 ਲੱਖ ਰੁਪਿਆ 24 ਲੱਖ ਰੁਪਿਆ ਤੇ 22 ਲੱਖ ਰੁਪਿਆ ਹੈ ਕੋਈ ਬੰਦੇ ਆ ਜੀ ਸੋਹਣੇ ਪੈਸੇ ਲੱਗ ਗਏ ਯਾਰ ਮੁੰਡਾ ਸੋਹਣੇ ਪੈਸੇ ਲੱਗੇ 22 ਲੱਖ ਰੁਪਿਆ ਦੇ ਦੇ ਹੁਣ 22 ਲੱਖ ਰੁਪਿਆ ਨਹੀਂ 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 ਹੈ ਕੋਈ 22 ਲੱਖ ਦੱਸੇ ਦਾ ਜੀ 22 ਲੱਖ ਰੁਪਏ ਇੱਕ ਜੀ ਗੱਡੀ 'ਚ ਪਵੋ ਜੀ 22 ਲੱਖ ਰੁਪਿਆ ਦੋ ਜੀ 22 ਲੱਖ ਰੁਪਿਆ ਤਿੰਨ ਜੀ ਦੇ ਦੇ ਅਸੀਂ ਯਾਰ ਦੇ ਦੇ ਬਾਈ ਦੀ ਕੀ ਹੈ ਪਿੱਛੋਂ ਵੇਖ ਦੇ ਹੁਣ ਬਾਜ ਭੋਲੇ ਭਾਵੇਂ ਸੱਚੇ ਬਾਗਾਨਾ ਇਹਦਾ ਬੋਨਟ ਖੋਲ ਓਏ ਨਹੀਂ ਨਹੀਂ ਗੱਡੀ ਬੋਨਟ ਖੋਲੋ ਬਾਈ ਜੀ ਬੋਨਟ ਖੋਲੋ ਉਰੇ ਆ ਗੱਲ ਸੁਣ ਮੇਰੀ ਉਹਨਾਂ ਨੂੰ ਮਜਬੂਰੀ ਹੈ ਤਾਂ ਹੀ ਅੱਜ ਲੱਖ ਗੱਡੀ ਸਸਤੀ ਦੇ ਗਿਆ ਨਾ ਤੇਰਾ ਮੇਰੀ ਗੱਲ ਸੁਣ ਉਹਨਾਂ ਦਾ ਉਹਨਾਂ ਨੂੰ ਤੁਸੀਂ 5 ਲੱਖ ਰੁਪਏ ਪੇਮੈਂਟ ਕਰੋ ਬਾਕੀ ਵੀ ਲੈ ਲਓ ਅਸਲ ਹੈ ਬਾਕੀ ਉਹ ਆਪਣਾ ਸਮਾਰਟ ਆਪਣੇ ਬਾਇਓਮੈਟ੍ਰਿਕ ਲੈ ਕੇ ਆਵਾਂਗੇ ਤਾਂ ਕਰ ਸਕਦੇ 5 ਲੱਖ ਪੇਮੈਂਟ ਕਰਕੇ ਮੇਰੀ ਰਸੀਦ ਬਣਵਾਓ ਜਾਂ ਉਹਨਾਂ ਦੀ ਮਜਬੂਰੀ ਉਹਨਾਂ ਦੀ ਮਜਬੂਰੀ ਆ ਗਈ ਉਹਨਾਂ ਉਹ ਜ਼ਮੀਨ ਦੀ ਪੇਮੈਂਟ ਦੇ ਦਿਓ ਤੁਹਾਡੇ ਕੋਲੇ ਇੱਕ ਮਾਮੇ ਦਿੱਤੀ ਸੀ ਆਲਟੋ ਦੀ ਹਾਂਜੀ ਨਹੀਂ ਉਹ ਮਾਡਲ ਦੱਸੋ ਗੱਡੀ ਕੀ ਹੈ ਆਲਟੋ ਮਾਡਲ ਦੀ ਐਕਸਲ ਆਈ ਹੈ ਡਾਕੂਮੈਂਟ ਕਲੀਅਰ ਹੈ ਬਾਇਓਮੈਟ੍ਰਿਕ ਕਲੀਅਰ ਹੈ ਸਬਰ ਕਰ ਪੈਸੇ ਦੱਸੋ ਕਿੰਨੇ ਜੀ ਕਿਉਂ ਸਬਰ ਕਰਾਂ 11 ਲੱਖ ਰੁਪਏ ਦੀ ਆਲਟੋ ਮਾਡਲ ਦੀ ਐਕਸਲ ਆਈ ਤੁਸੀਂ ਮੁੱਲ 11.5 ਲੱਖ ਰੁਪਏ ਆਲਟੋ ਮਾਡਲ ਦੀ ਐਕਸਲ ਆਈ ਤਿੰਨ ਬੋਲਣ ਦਾ ਤਰੀਕਾ ਹੁੰਦਾ ਹੀ ਕੋਈ ਨੀ ਥੋੜਾ ਜਿਹਾ ਪਿੱਛੇ ਸਾਢੇ 12 ਲੱਖ ਰੁਪਿਆ ਜੀ ਸਾਢੇ 12 ਲੱਖ ਰੁਪਿਆ
ਛੱਡ ਦਿਓ ਗੱਲਾਂ ਗਈਆਂ ਕੱਲ ਵੇਲੇ ਦੀ ਫਲ ਮੌਸਮ ਦਾ, ਅੱਜ ਦੀ ਗੱਲ ਕਰੋ। ਗੱਡੀਆਂ ਵੀ ਤਾਂ 5-5 ਲੱਖ ਥੱਲੇ ਆ ਗਈਆਂ ਨਾ, ਦੱਸੋ ਸਾਢੇ ਬਾਰਾਂ ਲੱਖ ਰੁਪਇਆ ਜੀ। 8 ਮਾਡਲ ਦੀ XLi 12.5 ਲੱਖ ਰੁਪਇਆ, 12.5 ਲੱਖ ਰੁਪਇਆ ਤੇ 17 ਲੱਖ ਰੁਪਇਆ ਹੈ ਕੋਈ 12.5 ਤੋਂ ਉੱਤੇ ਦਾ ਜੀ? 12.5 ਲੱਖ ਰੁਪਇਆ ਤੇ 12 ਬੋਲੋ 12.5 ਰੁਪਇਆ ਜੀ ਤੇ 2 ਰੁਪਇਆ 12.5 ਰੁਪਇਆ ਹਾਂਜੀ 100 ਰੁਪਇਆ 70,000 ਰੁਪਇਆ 80,000 ਰੁਪਇਆ ਪੂਰਾ 13 ਲੱਖ ਰੁਪਇਆ 13 ਲੱਖ ਰੁਪਇਆ 13 ਲੱਖ ਰੁਪਏ 13 ਲੱਖ ਰੁਪਇਆ ਪੂਰਾ 13 ਲੱਖ ਰੁਪਇਆ ਜੀ 8 ਮਾਡਲ ਦੀ XLi 13 ਲੱਖ ਰੁਪਇਆ ਜੀ 13 ਲੱਖ 10 ਹਜ਼ਾਰ ਰੁਪਇਆ ਜੀ 13 ਲੱਖ 10 ਹਜ਼ਾਰ ਰੁਪਇਆ ਜੀ ਹਾਂਜੀ 13 ਲੱਖ 20 ਹਜ਼ਾਰ ਰੁਪਇਆ 8 ਮਾਡਲ ਦੀ XLi 13 ਲੱਖ 20 ਹਜ਼ਾਰ ਰੁਪਇਆ ਲਾਹੌਰ ਦਾ ਨੰਬਰ ਡਾਕੂਮੈਂਟ ਕਲੀਅਰ 13-20 ਜੀ ਹਾਂਜੀ ਦੱਸੋ13 ਲੱਖ ਰੁਪਇਆ ਜੀ ਹੈ ਕੋਈ 13.5 ਤੋਂ ਉੱਤੇ ਦਾ ਜੀ? 13.5 ਲੱਖ ਰੁਪਇਆ 13.5 ਲੱਖ ਰੁਪਇਆ 8 ਮਾਡਲ ਦੀ XLi 13.5 ਲੱਖ ਰੁਪਇਆ 13.5 ਲੱਖ ਰੁਪਇਆ ਗੱਲ ਛੋੜ ਦਿਓ ਤੇ ਗੱਲ ਬਾਤ ਦੀ ਅੱਜ ਦੀ ਗੱਲ ਨਹੀਂ ਆ ਕੋਈ 13.5 ਤੋਂ ਉੱਤੇ ਦਾ ਜੀ? 16.5 ਦੀ ਕਹਿੰਦੇ ਜੀ ਦੇਣੀ ਹੈ 13.5 ਤੇ 16 ਹੈ ਕੋਈ 13.5 ਤੋਂ ਉੱਤੇ ਦਾ ਜੀ? 13.5 ਲੱਖ ਰੁਪਇਆ 13.5 ਲੱਖ ਰੁਪਇਆ 13.5 ਲੱਖ ਰੁਪਇਆ 13.60 ਜੀ 8 ਮਾਡਲ ਦੀ XLi 13.70 ਜੀ 13.70 ਲੱਖ 70 ਹਜ਼ਾਰ ਰੁਪਇਆ ਹਾਂਜੀ 13.75 ਜੀ ਨਹੀਂ ਕੋਈ ਨੀ ਵਿਕਣੀ 16.5 ਦੀ 13.75 ਜੀ 13.80 ਜੀ ਬੋਲੋ 13.80 ਜੀ 13.85 ਜੀ ਕਿੱਥੇ ਛੱਤ ਜੈਨਵਨ ਹੈ? ਛੱਤ ਵੀ ਟਚਿੰਗ ਹੋਏ ਹੈ ਗੱਡੀ ਦਾ, ਐਵੇਂ ਜ਼ਿਆਦਾ ਛੱਤ ਜੈਨਵਨ ਹੈ, ਐਵੇਂ ਨਾ ਮਾਰੀ ਜਾ। ਨਹੀਂ ਸਰ ਛੱਤ ਪੇਂਟ, ਮੈਂ ਛੱਤ ਪੇਂਟ ਨਾ ਹੋਵੇ ਤਾਂ 16.5 ਲੱਖ ਦੀ ਗੱਡੀ ਫੁਕਾ। ਉਹ ਛੋੜ ਦੇ ਪੇਂਟ ਹੋਇਆ ਛੱਤ ਛੋੜ ਦੇ, ਕਿੰਨੇ ਲਾਜੋ ਭਾਜੀ?
85 90,000 ਰੁਪਿਆ ਤੇਰਾ 90 ਪੂਰਾ 14 ਜੀ ਪੂਰਾ 14 ਲੱਖ ਰੁਪਿਆ ਜੀ 14 ਲੱਖ ਰੁਪਿਆ 14 ਲੱਖ ਰੁਪਿਆ 14 ਲੱਖ ਰੁਪਿਆ ਜੀ 14 ਲੱਖ ਰੁਪਿਆ ਪੂਰਾ 14 ਲੱਖ ਰੁਪਿਆ 8 ਮਾਡਲ ਦੀ ਐਕਸਲ ਆਈ 14 ਲੱਖ ਰੁਪਿਆ ਜੀ 14 ਲੱਖ ਰੁਪਿਆ 14 ਲੱਖ ਰੁਪਿਆ ਲੋਕੇ ਕਾਰ ਦੀ ਬਾਜੀ 8 ਮਾਡਲ ਐਕਸਲ ਆਈ 18 ਲੱਖ ਦੀ ਹੈ ਹਾਂਜੀ 14 ਲੱਖ ਰੁਪਿਆ ਜੀ 14 ਲੱਖ ਰੁਪਿਆ ਆਹ ਕੋਈ 14 ਟੋਟੇ ਦਾ ਜੀ 14 ਲੱਖ ਰੁਪਿਆ 14 ਲੱਖ ਰੁਪਿਆ 14 ਲੱਖ ਰੁਪਿਆ ਨਹੀਂ ਸਵਾ ਦੀ ਨਹੀਂ ਵਿਕਣੀ ਸਵਾ 2 ਲੱਖ ਦਾ ਫਰਕ ਕਿੱਥੋਂ ਗੜੀ ਹੈ 14 ਲੱਖ ਤੇ ਸਵਾ 16 ਲੱਖ ਰੁਪਿਆ ਲੱਖ ਤੇ ਸਵਾ 16 ਲੱਖ 14 ਲੱਖ ਰੁਪਿਆ ਤੇ ਸਵਾ 16 ਲੱਖ ਰੁਪਿਆ ਹੈ ਕੋਈ ਛੋਟੇ ਭਾਈ ਆਫਰ ਉਹ 14 10 ਜੀ ਲਿਓ ਪਿਆਨਾ 14 10 ਦਾ 14 10 ਜੀ 14 10 ਜੀ 14 10 ਜੀ 14 10 ਜੀ ਚਲੋ ਲਿਓ 14 10 ਨਹੀਂ ਵਿਕਣੀ ਕਦੇ ਵੀ ਨਹੀਂ ਵਿਕਣੀ ਕਦੇ ਵੀ 14 10 ਬੋਲ ਨਹੀਂ ਇਹਦੇ ਪੈਸੇ ਠੀਕ ਲੱਗ ਗਏ ਪੈਸੇ ਠੀਕ ਲੱਗ ਗਏ ਨੀ ਠੀਕ ਲੱਗ ਗਏ ਨੇ ਸਾਜੀ ਵੇ 15 ਕਰੋ ਜੀ ਭਾਈ 14 15 ਜੀ 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 ਹਾਂਜੀ ਬੋਲੋ ਜੀ 14 15 ਥੋੜੀ ਜੀ ਗੁੰਜਾਇਸ਼ ਕੱਢੋ ਯਾਰ ਗੱਡੀ ਲੈ ਲਓ ਠੀਕ ਨੇ ਪੈਸੇ 8 14 20 ਲੈ 16 ਲੱਖ ਰੁਪਏ ਦੀ ਦੇ 14 20 14 20 14 20 14 20 14 20 ਨਹੀਂ ਪੈਸੇ ਠੀਕ ਨੇ ਸਾਜੀ 18 ਲੱਖ ਦੀ ਤੂੰ ਲਈ ਸੀ ਨਾ ਹੁਣ ਤੇ ਕੋਈ ਨਹੀਂ ਇਹਨੇ ਦੀ ਲੈ ਨਹੀਂ 14 20 ਪਹਿਲਾਂ 25 ਦੀ ਦੇ ਦੇ 14 25 ਏਸੀ ਚਾਲੂ ਮਕੈਨੀਕਲ ਪੂਰਾ 1 ਰੁਪਿਆ ਗੱਡੀ ਦੇ ਵਿੱਚ ਕੋਈ ਖੜਕਾ ਕਰਦਾ ਨਹੀਂ ਕੋਈ ਕੰਮ ਨਹੀਂ ਹੋਣਾ ਹੈਗਾ 14 25 16 ਲੱਖ ਰੁਪਏ ਦੀ ਫਾਈਨਲ ਆ ਸਾਹਿਬ 14 25 ਕਿੱਧਰ ਗਿਆ ਹੋਇਆ ਇਹ 14 25 ਨਹੀਂ ਸੋਨਾ ਤਾਂ ਵੱਢ ਨਹੀਂ ਦੇਣੀ 1 2 3 ਕਰਨਾ ਹੈ ਕੋਈ 14 25 ਤੋਂ ਤੇਰਾ ਜੀ 14 ਲੱਖ 25 ਹਜ਼ਾਰ ਰੁਪਿਆ 14 ਲੱਖ 25 ਹਜ਼ਾਰ ਰੁਪਿਆ 14 ਲੱਖ 25 ਹਜ਼ਾਰ ਰੁਪਿਆ 1 ਜੀ 2 ਜੀ 3 ਜੀ ਅੱਗੇ ਕਰੋ ਜੀ ਸੱਤ ਨੰਬਰ ਸੱਤ ਮਾਡਲ ਬਾਈ ਥੋੜ੍ਹਾ ਜਿਹਾ ਸਾਈਡ ਤੋਂ ਹੋ ਕਰੋ ਜੀ ਗੱਡੀ ਕਿਹਦੀ ਹੈ ਮਾਲਕ ਕੌਣ ਹੈ ਗੱਡੀ ਦਾ ਕਿਹੜਾ ਮਾਡਲ ਹੈ ਸੱਤ ਮਾਡਲ ਹੈ ਬਾਇਓਮੈਟ੍ਰਿਕ ਕਲੀਅਰ ਡਾਕੂਮੈਂਟ ਕਲੀਅਰ ਪੈਸੇ ਦੱਸੋ ਇਹਦੇ ਸਾਢੇ ਪੰਦਰਾਂ ਸੱਤ ਮਾਡਲ ਦੀ ਗੱਡੀ ਸਵਾ 10 ਲੱਖ ਰੁਪਿਆ
10 lakh ਰੁਪਿਆ ਜੀ, ਪੌਣੇ 11 lakh ਰੁਪਿਆ ਜੀ, ਪੂਰਾ 11 lakh ਰੁਪਿਆ ਜੀ, ਸਵਾ 11 lakh ਰੁਪਿਆ ਜੀ, ਬੋਲੋ ਸਾਢੇ 11 lakh ਰੁਪਿਆ। ਚਾਚਾ ਠੀਕ ਨਾ ਜਾਈ ਬਣਾ ਕੇ ਆ ਜਾਓ, ਉਹਦੇ ਆ ਜਾਓ। ਹਾਂ ਜੀ, ਫੋਨ ਕਿੰਨੇ ਦੀ ਦੇਣੀ ਹੈ ਗੱਡੀ? ਕਿੰਨੇ ਦੀ ਦੇਣੀ ਕਿੰਨੇ ਪੈਸੇ ਲੈਣ ਚਾਚੇ ਨੂੰ? 35 12 35 ਬੋਲੋ, 12.5 ਦੀ ਗੱਡੀ ਦੇਣੀ, 12.5 lakh ਰੁਪਿਆ, ਬੋਲੋ ਨਹੀਂ ਕਿੰਨੇ ਦੀ ਦੇਣੀ? 15 ਦੀ, 14 75 ਦੀ, 12 lakh 60 hazar ਰੁਪਿਆ। ਹਾਂਜੀ 12 60 ਜੀ, 12 60 ਜੀ, 12 60 12 60 ਇਹ ਕੋਈ 12 60 ਦਿੱਤੇ ਦਾ ਜੀ, 12 lakh 60 hazar ਰੁਪਿਆ, 12 lakh 60 hazar ਰੁਪਿਆ, 12 lakh 60 hazar ਰੁਪਿਆ। ਸੋਚ ਲੈ ਚਾਚਾ, ਪੈਸੇ ਠੀਕ ਨਹੀਂ, ਨਹੀਂ 12 60 12 60 12 60 ਨਹੀਂ ਜੀ 70 ਲੈ ਲੈ, 75 ਲੈ ਲੈ, 80 ਲੈ ਲੈ, ਪੂਰਾ 13 lakh ਲੈ ਲੈ, 13 lakh ਰੁਪਿਆ, 13 lakh ਰੁਪਿਆ, 13 lakh ਰੁਪਿਆ, 13 lakh ਰੁਪਿਆ, 13 lakh ਰੁਪਿਆ। ਇੱਕ ਜੀ
ਨੋ ਜੀ ਸੋਚ ਲੈ ਚਾਚਾ ਫਿਰ ਨਾ ਕਿ ਮੌਕਾ ਨਹੀਂ ਦਿੱਤਾ ਸਾਢੇ ਚੌਦਾਂ ਤੇ ਆ ਗਿਆ ਜੀ ਤੇਰਾਂ ਲੱਖ ਰੁਪਿਆ ਜੀ ਤੇਰਾਂ ਲੱਖ ਰੁਪਿਆ ਤੇ ਸਾਢੇ ਚੌਦਾਂ ਲੱਖ ਰੁਪਿਆ ਬੋਲੋ ਜੀ ਹੈ ਕੋਈ ਤੇਰਾਂ ਲੱਖ ਤੋਂ ਤੇਰਾ ਜੀ ਸੱਤ ਮਾਡਲ ਦੀ ਐਕਸਲ ਆਈ ਤੇਰਾਂ ਲੱਖ ਰੁਪਿਆ ਤੇਰਾਂ ਲੱਖ ਰੁਪਿਆ ਤੇਰਾਂ ਲੱਖ ਰੁਪਿਆ ਤੇਰਾਂ ਲੱਖ ਰੁਪਿਆ ਨਹੀਂ ਜੀ ਤੇਰਾਂ ਲੱਖ ਰੁਪਿਆ ਇੱਕ ਜੀ ਤੇਰਾਂ ਲੱਖ ਰੁਪਿਆ ਦੋ ਜੀ ਤੇਰਾਂ ਲੱਖ ਰੁਪਿਆ ਤਿੰਨ ਜੀ ਅੱਗੇ ਕਰੋ ਜੀ ਮਾਲਕ ਕੌਣ ਹੈ ਗੱਡੀ ਦਾ ਸੋਲਾਂ ਮਾਡਲ ਦੀ ਜੀ ਆ ਲਈ ਹਾਂਜੀ ਨੰਬਰ ਦੀ ਰਜਿਸਟਰ 16 ਦਸੰਬਰ ਪੈਸੇ ਚੱਲੇ ਤੁਹਾਡੇ ਨਾਮ ਹੈ ਬਾਇਓਮੈਟ੍ਰਿਕ ਕਲੀਅਰ ਚੱਲੀ ਕਿੰਨੀ ਹੈ ਸੋਲਾਂ ਮਾਡਲ ਦੀ ਜੀ ਐਲ ਆਈ 36 ਲੱਖ ਰੁਪਿਆ ਨਵੀਂ ਚਾਬੀ ਵਾਲੀ 36 ਲੱਖ ਰੁਪਿਆ ਜੀ ਸੋਲਾਂ ਮਾਡਲ ਦੀ ਜੀ ਐਲ ਆਈ 36 ਲੱਖ ਰੁਪਿਆ ਜੀ 36 ਲੱਖ ਰੁਪਿਆ ਡਾਕੂਮੈਂਟ ਕਲੀਅਰ ਬਾਇਓਮੈਟ੍ਰਿਕ ਕਲੀਅਰ ਪੱਕੀ 16 ਮਾਡਲ ਨਵੀਂ ਚਾਬੀ ਦੀ ਜੀ 36 ਲੱਖ ਰੁਪਏ ਡਿਮਾਂਡ ਕਰ ਰਹੇ ਜੀ ਇਹਦੀ ਗੱਲ ਹੈ ਜੀ ਆਫਰ ਲਓ ਗੱਡੀ ਨੂੰ 26.5 ਲੱਖ ਰੁਪਿਆ ਜੀ 26.5 ਲੱਖ ਰੁਪਿਆ 26.5 ਲੱਖ ਰੁਪਿਆ ਜੀ 26.5 ਲੱਖ ਰੁਪਿਆ 16 ਮਾਡਲ ਦੀ ਜੀ ਐਲ ਆਈ 26.5 ਲੱਖ ਰੁਪਿਆ ਜੀ 26.5 ਲੱਖ ਰੁਪਿਆ 26,60,000 ਰੁਪਿਆ ਜੀ 26,60,000 ਰੁਪਿਆ 27 ਲੱਖ ਰੁਪਿਆ ਜੀ 27 ਲੱਖ ਰੁਪਿਆ ਜੀ 27 ਲੱਖ ਰੁਪਿਆ 27,10,000 ਰੁਪਿਆ ਜੀ 27,20,000 ਜੀ 27,20,000 ਜੀ 27,30,000 ਜੀ 27,30,000 ਰੁਪਿਆ ਜੀ 27,30,000 ਰੁਪਿਆ 16 ਮਾਡਲ ਦੀ ਜੀ ਐਲ ਆਈ ਨਵੀਂ ਚਾਬੀ ਵਾਲੀ 27,30,000 ਰੁਪਿਆ ਜੀ 27,40,000 ਜੀ ਦੱਸੋ ਜੀ 50,000 ਜੀ 27,50,000 ਜੀ ਹਾਂਜੀ ਦੱਸੋ ਸਾਡੇ ਸਾਹਮਣੇ ਅਸੀਂ ਵੇਖ ਲਈਏ 28 ਲੱਖ ਰੁਪਿਆ 28 ਲੱਖ ਰੁਪਿਆ ਜੀ 28 ਲੱਖ ਰੁਪਿਆ 28 ਲੱਖ ਰੁਪਿਆ 16 ਮਾਡਲ ਦੀ ਜੀ ਐਲ ਆਈ 28 ਲੱਖ ਰੁਪਿਆ ਜੀ ਨਵੀਂ ਚਾਬੀ ਦੀ 28 ਲੱਖ ਰੁਪਿਆ ਜੀ 28 ਲੱਖ ਰੁਪਿਆ ਹਾਂਜੀ 28,10,000 ਰੁਪਿਆ 28,10,000 ਰੁਪਿਆ ਜੀ 28,10,000 ਰੁਪਿਆ 16 ਮਾਡਲ ਦੀ ਗੱਡੀ ਨਵੀਂ ਚਾਬੀ ਵਾਲੀ 28,10,000 ਰੁਪਿਆ ਜੀ 28,10,000 ਜੀ 28,10,000 ਜੀ ਹੈ ਕੋਈ 28,10 ਤੋਂ ਤੇਰਾ ਜੀ 28,10,000 ਰੁਪਿਆ 28,10,000 ਰੁਪਿਆ 28,20,000 ਰੁਪਿਆ 28,20,000 ਜੀ 25,000 ਜੀ 28,50,000 ਫਰਕ ਆ ਰਿਹਾ ਨਾ ਆਵਾਮ ਨੇ ਕੱਟਣਾ ਮੈਂ ਤਾਂ ਨਹੀਂ ਕੱਟਣਾ 28,00,000 ਜੀ 28,00,000 ਰੁਪਿਆ 28,00,000 ਰੁਪਿਆ ਨਵੀਂ ਚਾਬੀ ਵਾਲੀ 28,00,000 ਰੁਪਿਆ ਜੀ 28,00,000 ਰੁਪਿਆ ਬੋਲੋ ਫਾਈਨਲ ਕਿੰਨੇ ਦੀ ਦੇਣੀ
34 ਦੀ 29 ਲੱਖ ਰੁਪਇਆ ਜੀ 29 ਲੱਖ ਰੁਪਇਆ 29 ਲੱਖ ਰੁਪਇਆ ਜੀ 29 ਲੱਖ ਰੁਪਇਆ 29 ਲੱਖ ਰੁਪਇਆ ਜੀ 29 ਲੱਖ ਰੁਪਇਆ ਹਾਂਜੀ 29 ਲੱਖ ਰੁਪਇਆ 29.5 ਲੱਖ ਰੁਪਇਆ ਕਿਹੜਾ ਹੈ 29.5 ਲੱਖ ਰੁਪਇਆ ਜੀ 29.5 ਲੱਖ ਰੁਪਇਆ 29.60 ਜੀ 29.60 ਜੀ 29.60 ਜੀ 29,60,000 ਰੁਪਇਆ ਜੀ 29,60,000 ਰੁਪਇਆ 16 ਮਾਡਲ ਦੀ ਜੀ ਆਲਾਈ 29,60,000 ਰੁਪਇਆ ਜੀ 29.60 ਜੀ 29.60 ਜੀ 70 ਜੀ 29.70 ਜੀ 29.70 ਜੀ 29.70 ਜੀ ਹਾਂ ਜੀ ਡਿੱਗੀ ਖੋਲਿਆ ਭਾਈ ਯਾਰ ਹਾਂਜੀ ਤੀਹ ਲੱਖ ਰੁਪਏ ਦੀ ਕਹਿੰਦੇ ਜੀ ਗੱਡੀ ਦਵਾਂਗੇ ਸੋਲਾਂ ਮਾਡਲ ਨਵੀਂ ਚਾਬੀ ਹੈ ਜੀ ਚੌਂਤੀ ਲੱਖ ਰੁਪਏ ਦੀ ਕਹਿੰਦੇ ਜੀ ਗੱਡੀ ਦਵਾਂਗੇ ਪੂਰਾ 3 ਲੱਖ ਰੁਪਇਆ ਜੀ 3 ਲੱਖ ਰੁਪਇਆ 3 ਲੱਖ ਰੁਪਇਆ 3 ਲੱਖ ਰੁਪਇਆ ਹਾਂਜੀ ਸਾਢੇ ਤਰੀ ਲੱਖ ਰੁਪਇਆ ਜੀ ਹਾਂਜੀ 3.5 ਲੱਖ ਰੁਪਇਆ ਜੀ 3.5 ਲੱਖ ਰੁਪਇਆ 3.5 ਲੱਖ ਰੁਪਇਆ ਹੈ ਕੋਈ 3.5 ਤੋਤੇ ਦਾ ਜੀ ਹੈ ਕੋਈ 3.5 ਤੋਤੇ ਦਾ ਜੀ 60,000 ਰੁਪਇਆ ਜੀ 3,60,000 ਰੁਪਇਆ ਹਾਂਜੀ 3,60,000 ਰੁਪਇਆ 3,60,000 ਰੁਪਇਆ ਜੀ ਇਹ ਲੋ 70,000 ਰੁਪਇਆ ਜੀ 80,000 ਰੁਪਇਆ ਜੀ ਪੂਰਾ 31 ਲੱਖ ਰੁਪਇਆ ਜੀ ਚਲੋ 31 ਲੱਖ ਰੁਪਇਆ 31 ਲੱਖ ਰੁਪਇਆ 31 ਲੱਖ ਰੁਪਇਆ 31 ਲੱਖ ਰੁਪਇਆ ਹੈ ਕੋਈ 31 ਤੋਂ ਤੇਰਾ ਜੀ 31 ਲੱਖ ਰੁਪਇਆ 31 ਲੱਖ ਰੁਪਇਆ 31 ਲੱਖ ਰੁਪਇਆ 1 ਜੀ 2 ਜੀ 3 ਜੀ ਗੱਡੀ ਕਿਹਦੀ ਹੈ